entrar ali pro outro lado. Tá ali dentro. Tá ali dentro. ਪਿੰਡ ਦਾ ਸਭ ਤੋਂ ਮਸ਼ਹੂਰ ਅਤੇ ਚੰਗਾ ਹਲਵਾਈ, ਜਿਸ ਨੂੰ ਕਿ ਗੁਆਂਢੀਆਂ ਦੇ ਵੱਲੋਂ ਆਪਣੇ ਰੈਸਟੋਰੈਂਟ ਦੇ ਉੱਪਰ ਕੰਮ ਕਰਵਾਉਣ ਦੇ ਲਈ ਵਿਦੇਸ਼ ਤੱਕ ਲਿਜਾਇਆ ਗਿਆ। ਵਿਦੇਸ਼ ਜਾਂਦੇ ਸਾਰ ਹੀ ਇਸ ਹਲਵਾਈ ਦੇ ਨਾਲ ਨਾ ਸਿਰਫ਼ ਬੁਰਾ ਵਿਵਹਾਰ, ਸਗੋਂ ਇਸ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਵੀ ਗੁਆਂਢੀਆਂ 'ਤੇ ਲੱਗੇ ਨੇ। ਇੰਨਾ ਹੀ ਨਹੀਂ, ਇਸ ਹਲਵਾਈ ਦੀਆਂ ਧੀਆਂ ਦੱਸਦੀਆਂ ਨੇ ਕਿ ਸਾਡੇ ਪਿਓ ਦੇ ਜਾਣ ਮਗਰੋਂ ਉਹਨਾਂ ਗੁਆਂਢੀਆਂ ਨੇ ਮ੍ਰਿਤਕ ਦੇ ਨਾਲ ਵੀ ਬਹੁਤ ਮਾੜਾ ਕੀਤਾ, ਸਾਡੇ ਤੱਕ ਨਾ ਪਹੁੰਚਾਉਣ ਦੀ ਗੱਲ ਕੀਤੀ ਅਤੇ ਨਾਲ ਹੀ ਸਾਡੇ ਤੋਂ ਪੈਸੇ ਦੀ ਵੀ ਮੰਗ ਕੀਤੀ। ਤਾਂ ਖੈਰ ਇਹ ਸਾਰੇ ਇਲਜ਼ਾਮ ਉਹਨਾਂ ਗੁਆਂਢੀਆਂ 'ਤੇ ਲੱਗ ਰਹੇ ਨੇ, ਜਿਨ੍ਹਾਂ ਦੇ ਵੱਲੋਂ ਕੁਝ 18 ਮਹੀਨੇ ਪਹਿਲਾਂ ਹੀ ਹਲਵਾਈ ਨੂੰ ਵਿਦੇਸ਼ ਲਿਜਾਇਆ ਗਿਆ ਸੀ, ਪਰ ਉੱਥੇ ਜਾ ਕੇ ਇਸ ਹਲਵਾਈ ਦੀ ਜ਼ਿੰਦਗੀ ਨਰਕ ਭਰੀ ਕਰ ਦਿੱਤੀ ਗਈ। ਦੱਸਦੀ ਕਿ ਘਟਨਾ ਮਨੀਲਾ ਦੇ ਵਿੱਚ ਵਾਪਰੀ ਹੈ, ਜਿੱਥੇ ਹਲਵਾਈ ਦੀ ਜਾਣ ਦੇ ਮਗਰੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਆਪਣੇ ਹੀ ਗੁਆਂਢੀਆਂ 'ਤੇ ਲਗਾਏ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦਾ ਰਹਿਣ ਵਾਲਾ ਕੁਲਦੀਪ ਲਾਲ 18 ਮਹੀਨੇ ਪਹਿਲਾਂ ਹੀ ਮਨੀਲਾ ਗਿਆ ਸੀ ਅਤੇ ਹੁਣ ਉਸਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਲਈ ਪਰਿਵਾਰ ਜੱਦੋਜਹਿਦ ਕਰ ਰਿਹਾ ਸੀ ਅਤੇ ਹੁਣ ਉਹਨਾਂ ਦਾ ਰੋ ਬੁਰਾ ਹਾਲ ਸੀ। ਕਈ ਦਿਨਾਂ ਤੋਂ ਮ੍ਰਿਤਕ ਦੀ ਉਡੀਕ ਦੇ ਵਿੱਚ ਬੈਠਾ ਇਹ ਪਰਿਵਾਰ ਅੱਜ ਬਾਅਦ ਦੁਪਹਿਰ ਪਿੰਡ ਦੀ ਸ਼ਮਸ਼ਾਨ ਘਾਟ ਦੇ ਵਿੱਚ ਆਪਣੇ ਪਿਤਾ ਕੁਲਦੀਪ ਲਾਲ ਦਾ ਸ਼ਰੀਰ ਉਹਨਾਂ ਨੇ ਅਗਨੀ ਭੇਟ ਕੀਤਾ। ਹਲਵਾਈ ਦੇ ਕੰਮ ਦੇ ਵਿੱਚ ਮਹਾਰਤ ਰੱਖਣ ਵਾਲਾ ਕੁਲਦੀਪ ਮਨੀਲਾ ਦੇ ਵਿੱਚ ਆਪਣੇ ਹੀ ਪਿੰਡ ਦੇ ਬਲਦੇਵ ਸਿੰਘ ਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ। ਅਗਸਤ ਮਹੀਨੇ ਦੇ ਵਿੱਚ ਇਸ ਦੀ ਜਾਨ ਗਈ ਸੀ ਅਤੇ ਕੁਲਦੀਪ ਲਾਲ ਦੀ ਵਿਧਵਾ ਪਤਨੀ ਨੇ ਦੱਸਿਆ, ਜਿਨ੍ਹਾਂ ਦਾ ਨਾਮ ਭਜਨ ਕੌਰ ਹੈ, ਕਿ ਆਰਥਿਕ ਤੰਗੀਆਂ ਦੇ ਚਲਦੇ ਪਤੀ ਦੀ ਦੇਹ ਪਿੰਡ ਮੰਗਵਾਉਣ ਦੇ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ ਅਤੇ ਉਹਨਾਂ ਦੀ ਹੀ ਮਦਦ ਦੇ ਨਾਲ ਇਹ ਸਭ ਕੁਝ ਮੁਮਕਿਨ ਹੋ ਪਾਇਆ। ਮ੍ਰਿਤਕ ਕੁਲਦੀਪ ਲਾਲ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਜਿਸ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ, ਉਸਦਾ ਮਾਲਕ ਉਹਨਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਹੈ। ਕੁਲਦੀਪ ਲਾਲ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਪਤੀ ਦੀ ਦੇਹ ਪਿੰਡ ਭੇਜਣ ਦੇ ਬਦਲੇ ਉਹਨਾਂ ਦਾ 2 ਮਰਲੇ ਵਾਲਾ ਘਰ ਆਪਣੇ ਨਾਂ ਕਰਵਾਉਣ ਦੀ ਗੱਲ ਰੈਸਟੋਰੈਂਟ ਦੇ ਮਾਲਕ ਨੇ ਕੀਤੀ ਸੀ। ਜਦੋਂ ਆਪਣਾ ਘਰ ਲਿਖਤੀ ਰੂਪ ਦੇ ਵਿੱਚ ਦੇਵੋਗੇ ਤਾਂ ਹੀ ਉਹਨਾਂ ਦੇ ਮ੍ਰਿਤਕ ਦੇਹ ਨੂੰ ਵਾਪਸ ਭੇਜਣਗੇ। ਤਾਂ ਪੀੜਤ ਪਰਿਵਾਰ ਨੇ ਵੀ ਕਿਹਾ ਕਿ ਪਿੰਡ ਭੇਜਣ ਬਦਲੇ 2 ਲੱਖ ਰੁਪਏ ਦੀ ਮੰਗ ਹੋਈ ਹੈ। ਪੀੜਤ ਪਰਿਵਾਰ ਨੇ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਹੱਥੀਂ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾ ਸਕੇ ਨੇ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਇਸ ਹਲਵਾਈ ਦੀ ਧੀ ਦੇ ਵੱਲੋਂ, ਪਿਓ ਦੀ ਧੀ ਦੇ ਵੱਲੋਂ ਹੀ ਸਭ ਕੁਝ ਦੱਸਿਆ ਗਿਆ। ਸੁਣਦੇ ਹਾਂ। ਸਰ, ਮੇਰਾ ਨਾਮ ਕੁਲਵੀਰ ਕੌਰ ਆ, ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਆ, ਅਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜਾ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ, ਮਾਲਕ ਉਹਨਾਂ ਨੂੰ ਬਹੁਤ ਤਰੱਕੀ ਬਖਸ਼ੇ। ਬਸ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜੀ। ਘਟਨਾ ਕੀ ਹੋਈ ਸੀ? ਘਟਨਾ ਸਾਰਾ ਸਾਡੇ ਇੱਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ, ਸਾਡੇ ਪੜੋਸੀ ਆ, ਅਤੇ ਲਿਜਾ ਕੇ ਉੱਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜੀ, ਅਤੇ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ। ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ, ਉਹਨਾਂ ਨੇ ਤਾਂ ਸਾਨੂੰ ਜਵਾਬ ਦੇ ਦਿੱਤਾ ਸੀ ਜੀ। ਹਾਂਜੀ, ਕਦੋਂ ਦੀ ਘਟਨਾ? ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ। ਹਾਂਜੀ, ਹੁਣ ਡੈਡੀ ਆ ਗਈ ਵਾਪਸ? ਹਾਂਜੀ ਸਰ, 19 ਤਰੀਕ 12 ਤਰੀਕ ਨੂੰ ਆ ਗਈ। ਬਾਬਾ ਜੀ ਨਾਲ ਕਦੋਂ ਸੰਪਰਕ ਹੋਇਆ? ਬਾਬਾ ਜੀ ਨਾਲ 20 ਤਰੀਕ ਨੂੰ, ਪਿਛਲੇ ਮਹੀਨੇ ਦੀ 20 ਤਰੀਕ ਨੂੰ। ਉਹ ਤੋਂ ਬਾਅਦ ਕੀ ਭਰੋਸਾ ਕਿ ਬਾਬਾ ਜੀ ਨੂੰ ਆਏਗੀ ਬੋਡੀ ਵਾਪਸ? ਹਾਂਜੀ, ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ ਲਾਸ਼ ਆਊਗੀ।
ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ ਜੋ ਆਪਣੇ ਨਾਲ ਬਚਨ ਕੀਤੇ ਸੀ ਪੂਰੇ ਕੀਤੇ ਆ ਜੀ। ਹਾਂਜੀ ਅੰਤਿਮ ਸੰਸਕਾਰ ਕਰਾਂਗੇ ਸਰ ਅੱਜ 2 ਵਜੇ ਕਰ ਦਾਂਗੇ ਜੀ। ਹਾਂਜੀ ਕੋਈ ਹੋਰ ਕਿਸੇ ਕਿਸਮ ਦੀ ਮੰਗ ਕਰਨਾ ਚਾਹੁੰਦੇ ਹੋ? ਮੰਗ ਸਰ ਇਹੀ ਆਪਣੀ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ। ਇਹਨਾਂ ਨੇ ਸਾਡੇ ਡੈਡੀ ਨਾਲ ਬਹੁਤ ਮਾੜੇ ਹਾਲਾਤ ਕੀਤੇ, ਬਹੁਤ ਜ਼ਿਆਦਾ ਗੰਦੇ ਹਾਲਾਤ ਕੀਤੇ ਇਹਨਾਂ ਨੇ। ਸਾਨੂੰ ਇਨਸਾਫ ਦਵਾਇਆ ਜਾਵੇ ਬਸ, ਸਾਡਾ ਕੋਈ ਨੀ ਰਹਿ ਗਿਆ। ਮੰਮੀ ਵਿਚਾਰੇ ਵੀ ਇਦਾਂ ਹੀ ਢਿੱਲੇ ਮਿੱਟੇ ਰਹਿੰਦੇ ਆ, ਸਾਨੂੰ ਇਹੀ ਇੱਕ ਸਹਾਰਾ ਹੀ ਸਾਡਾ ਇਹ ਵੀ ਇਹਨਾਂ ਨੇ ਖੋ ਲਿਆ। ਕੀ ਕਹਿ ਕੇ ਲੈ ਕੇ ਗਏ ਸੀ ਇਹ ਤੋਂ? ਕੰਮ ਘਰ ਦਾ ਕਹਿ ਕੇ ਲੈ ਕੇ ਗਏ ਸੀਗੇ ਜੀ। ਲੈ ਕੇ ਕਿੱਥੇ ਗਏ? ਮਨੀਲੇ। ਕਦੋਂ ਤੋਂ ਗਏ ਸੀ ਬਾਰੇ? ਇਹ 2022 ਚ 26 ਤਰੀਕ ਨੂੰ ਜੀ, ਲਾਸਟ ਵਾਈ ਮਹੀਨੇ 12ਵੇਂ ਮਹੀਨੇ ਲੈ ਕੇ ਗਏ ਸੀਗੇ। ਉਸ ਤੋਂ ਬਾਅਦ? ਉਸ ਤੋਂ ਬਾਅਦ ਜੀ 6 ਮਹੀਨੇ ਸਾਡੇ ਨਾਲ ਸਹੀ ਰਹੇ। ਉਸ ਤੋਂ ਬਾਅਦ ਚ ਬਸ ਡੈਡੀ ਦਾ ਇੱਦਾਂ ਹੀ ਫੋਨ ਆਉਂਦਾ ਰਿਹਾ, ਮੇਰੇ ਨਾਲ ਲੜਾਈ ਝਗੜਾ ਕਰਦੇ ਆ। ਅਖੀਰ ਇਹਨਾਂ ਨੇ ਕੁੱਟ ਮਾਰ ਕਰਨੀ ਸ਼ੁਰੂ ਕਰਤੀ। ਮੌਤ ਦਾ ਕਾਰਨ ਕੀ ਸਮਝਦੇ? ਉਹਨਾਂ ਨੇ ਮਾਰਿਆ, ਘੁੱਟ ਘੁੱਟ ਕੇ ਮਾਰਿਆ ਸੀ। ਵੀਡੀਓ ਵੀ ਦਿੱਤੀਆਂ, ਤੁਹਾਨੂੰ ਫੋਟੋ ਵੀ ਦਿੱਤੀਆਂ ਸੀਗੀਆਂ ਵੀ ਉਹਦੇ ਵਿੱਚ ਵੀ ਉਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਆ। ਕੱਲ ਵੀ CID ਵਾਲੇ ਆਏ ਸੀ, ਉਹਨਾਂ ਨੂੰ ਵੀ ਦਿੱਤੀਆਂ, ਉਹਨਾਂ ਨੇ ਵੀ ਇਹੀ ਕਿਹਾ ਵੀ ਕਤਲ ਦਾ ਕੰਮ। Yeah.
ਜਾਏਗਾ।